ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਇਲੈਕਟ੍ਰਿਕ ਵਾਹਨਾ ਦੀ ਚਾਰਜਿੰਗ ਲਈ ਵੱਖਰੇ ਬਿਜਲੀ ਕਨੈਕਸ਼ਨ ਪ੍ਰਦਾਨ ਕਰਨ ਲਈ ਬਿਜਲੀ ਨੀਮਾ ਵਿੱਚ ਸੋਧ ਕੀਤੀ ਗਈ ਹੈ ਨਵੀਂ ਸੋਧ ਮੁਤਾਬਕ ਖਪਤਕਾਰ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਵੱਖਰਾ ਬਿਜਲੀ ਕਨੈਕਸ਼ਨ ਲੈ ਸਕਦੇ ਨੇ ਨਵਾਂ ਕਨੈਕਸ਼ਨ ਲੈਣ ਦੀ ਸਮਾਂ ਮਿਆਦ ਵੀ ਘਟਾ ਦਿੱਤੀ ਗਈ ਹੈ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਸੋਧੇ ਹੋਏ ਨਿਯਮ ਖਪਤਕਾਰਾਂ ਨੂੰ ਸਸ਼ਕਤ ਬਣਾਉਣਗੇ ਤੇ ਕਨੈਕਸ਼ਨ ਲੈਣ ਦੀ ਸਮਾਂ ਹੱਦ ਨੂੰ ਘਟਾਣਗੇ ਉਹਨਾਂ ਦੱਸਿਆ ਕਿ ਨੀਮਾ ਤਹਿਤ ਛੱਤਾਂ ਤੇ ਲੱਗਣ ਵਾਲੀਆਂ ਸੋਲਰ ਪ੍ਰਣਾਲੀਆਂ ਦੀ ਸਥਾਪਨਾ ਲਈ ਪ੍ਰਕਿਰਿਆ ਨੂੰ ਖਾਲਾ ਬਣਾਇਆ ਗਿਆ ਹੈ